a South Asian Canadian channel. ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤੇ ਗਏ ਬਜਟ 'ਤੇ ਗੱਲ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ 'ਤੇ ਵੱਡੇ ਸਵਾਲ ਖੜ੍ਹੇ ਕੀਤੇ ਨੇ। ਬਾਜਵਾ ਨੇ ਆਖਿਆ ਕਿ ਬਜਟ 'ਚ ਕਰੀਬ 13,000 ਕਰੋੜ ਰੁਪਏ ਖੇਤੀਬਾੜੀ ਖੇਤਰ ਦੇ ਲਈ ਰੱਖਿਆ ਗਿਆ, ਜੋ ਕਿ 7-8% ਬਣਦਾ, ਜਿਸ ਦੇ ਵਿੱਚੋਂ ਇੱਕ ਵੱਡਾ ਹਿੱਸਾ ਬਿਜਲੀ ਮੁਫਤ ਦੇ ਵਿੱਚ ਚਲਾ ਜਾਂਦਾ ਹੈ। ਸਰਕਾਰ ਨੇ ਬਾਕੀ ਚੀਜ਼ਾਂ ਜਿਵੇਂ ਕਿ ਬਾਗਬਾਨੀ ਅਤੇ ਫੁੱਲਾਂ ਦੀ ਖੇਤੀ ਲਈ ਤਾਂ ਕੋਈ ਪੈਸਾ ਹੀ ਨਹੀਂ ਲਾਗੂ ਕੀਤਾ। ਉਹਨਾਂ ਨੇ ਇਸ ਤੋਂ ਇਲਾਵਾ ਮਾਈਨਿੰਗ ਅਤੇ ਔਰਤਾਂ ਨੂੰ 1,000 ਰੁਪਏ ਦੇਣ ਦੀ ਗਰੰਟੀ ਬਾਰੇ ਵੀ ਜ਼ਿਕਰ ਕੀਤਾ ਹੈ। ਭਾਵੇਂ ਕਿਸਾਨ ਹੋਣ, ਖੇਤ ਮਜ਼ਦੂਰ ਹੋਣ, ਭਾਵੇਂ ਛੋਟੇ ਦੁਕਾਨਦਾਰ ਹੋਣ, ਭਾਵੇਂ ਸਾਡੇ ਅਨਇੰਪਲੋਇਡ ਯੂਥ ਹੋਣ, ਭਾਵੇਂ ਸਰਕਾਰੀ ਕਰਮਚਾਰੀ ਜਾਂ ਰਿਟਾਇਰਡ ਕਰਮਚਾਰੀਆਂ ਦੀ ਗੱਲ ਹੋਏ, ਹਰ ਵਰਗ ਦੀ ਆਸ ਉਮੀਦ ਸੀ ਕਿ ਕਾਂਗਰਸ ਜਿਹੜੀ ਮੇਨ ਆਪੋਜੀਸ਼ਨ ਹੈ, ਹਰ ਵਰਗ ਦੀ ਗੱਲ ਅਤੇ ਸੂਬੇ ਦੀ ਗੱਲ ਰੱਖੇ। ਇਸ ਗੱਲ ਕਾਰਨ ਮੈਂ ਸਮਝਣਾ ਬਹੁਤ ਵੱਡਾ ਫੇਲੀਅਰ ਸਪੀਕਰ ਪੰਜਾਬ, ਜਿਨ੍ਹਾਂ ਦੀ ਅਸੀਂ ਬਹੁਤ ਇੱਜ਼ਤ ਮਾਣ ਕਰਨਾ, ਕਿ ਉਹ ਅਤੇ ਪਾਰਲੀਮੈਂਟਰੀ ਅਫੇਅਰਜ਼ ਮਿਨਿਸਟਰ ਡਾਕਟਰ ਨਿੱਜਰ ਜਿਹੜੇ ਨੇ, ਦੇਖੋ ਹਮੇਸ਼ਾ ਸਰਕਾਰ ਅਤੇ ਓਪੋਜੀਸ਼ਨ ਦੇ ਵਿੱਚ ਸਪੀਕਰ ਅਤੇ ਪਾਰਲੀਮੈਂਟਰੀ ਅਫੇਅਰਜ਼ ਮਿਨਿਸਟਰ ਜਿਹੜਾ ਹੁੰਦਾ, ਇਹ ਪੁੱਲ ਦਾ ਕੰਮ ਕਰ, ਕਿਤੇ ਵੀ ਮਤਭੇਦ ਆਉਂਦੇ ਨੇ ਹਮੇਸ਼ਾ ਹੀ ਆਉਂਦੇ ਨੇ। ਪਾਰਲੀਮੈਂਟ 'ਚ ਮੈਂ ਵੇਖਦਾ ਰਿਹਾ, ਅਸੈਂਬਲੀਆਂ 'ਚ ਵੀ ਵੇਖਦਾ ਰਿਹਾ, ਬੜੇ ਸੀਰੀਅਸ ਮਤਭੇਦ ਆਉਂਦੇ ਨੇ, ਬਟ ਫਿਰ ਸਪੀਕਰ ਇੰਟਰਵੀਨ ਕਰਦਾ, ਪਾਰਲੀਮੈਂਟਰੀ ਅਫੇਅਰਜ਼ ਮਿਨਿਸਟਰ ਇੰਟਰਵੀਨ ਕਰਦਾ, ਸੁਖਾਵੇਂ ਮਾਹੌਲ ਬਣਾਉਂਦਾ ਕਿ ਜਿਸ ਮਕਸਦ ਵਾਸਤੇ ਵਿਧਾਨ ਸਭਾ ਬਣਿਆ, ਨਵੇਂ ਕਾਨੂੰਨ ਲਿਆਉਣ ਵਾਸਤੇ ਅਤੇ ਲੋਕਾਂ ਦੀ ਆਸਾਂ ਉਮੀਦਾਂ 'ਤੇ ਉਤਰਨ ਵਾਸਤੇ, ਉੱਥੇ ਚੰਗਾ ਮਾਹੌਲ ਬਣ ਸਕੇ। ਬਟ ਅਨਫੋਰਚੁਨੇਟਲੀ ਸਾਨੂੰ ਇਹ ਕਹਿਣਾ ਪੈਂਦਾ, ਨਾ ਸਪੀਕਰ ਸਾਹਿਬ ਨੇ ਕੋਈ ਪਹਿਲਕਦਮੀ ਕੀਤੀ, ਨਾ ਪਾਰਲੀਮੈਂਟ ਅਫੇਅਰਜ਼ ਮਿਨਿਸਟਰ ਨੇ, ਇਨਸਪਾਈਟ ਆਫ ਦੈਟ, ਕਿਉਂਕਿ ਅੱਜ ਬਹੁਤ ਇੰਪੋਰਟੈਂਟ ਦਿਨ ਹੈ, ਅਸੀਂ ਬਜਟ ਵਿੱਚ ਪਾਰਟੀਸਪੇਟ ਕਰਨ ਵਾਸਤੇ ਆਏ, ਸਾਰਾ ਬਜਟ ਅਸੀਂ ਸੁਣਿਆ, ਸਾਰੇ ਬਜਟ ਦੇ ਵਿੱਚ ਬਹੁਤ ਵੱਡੀ ਸਾਨੂੰ ਨਮੋਸ਼ੀ ਹੋਈ, ਕਿਉਂਕਿ ਬਜਟ ਦੇ ਵਿੱਚ ਕੱਢਣ ਪਾਉਣ ਨੂੰ ਹੈ ਹੀ ਕੁਝ ਨਹੀਂ। ਜਿਸ ਤਰ੍ਹਾਂ ਮੇਰੇ ਸਾਥੀ ਨੇ ਪਹਿਲੇ ਤੁਹਾਨੂੰ ਦੱਸਿਆ, 75 ਸਾਲਾਂ ਦੀਆਂ ਸਰਕਾਰਾਂ ਨੇ ਕਰਜ਼ਾ ਚਾੜਿਆ 2,75,000 ਕਰੋੜ, ਜੇ 5 ਸਾਲ ਇਹ ਕੱਟ ਗਏ, ਜਿਹਦੇ 'ਤੇ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਹੈ, ਜੇ 5 ਸਾਲ ਕੱਟ ਕੇ ਕਿਤੇ ਮਿਨੀਮਮ ਜਿਸ ਐਵਰੇਜ ਨਾਲ ਚੱਲ ਰਹੇ ਨੇ, ਤਕਰੀਬਨ 2,00,000 ਕਰੋੜ ਰੁਪਈਆ ਕਰਜ਼ਾ ਹੋਰ ਹੋ ਜਾਏ। ਸੋ ਇਹ ਕਲੋਜ਼ ਟੂ 500,000, ਇਹ ਤਕਰੀਬਨ 5,00,000 ਕਰੋੜ ਦੇ ਕਰਜ਼ੇ ਤੱਕ ਕਰਜ਼ਾਈ ਕਰਕੇ ਇਹ ਪੰਜਾਬ ਨੂੰ ਜਾਣ ਵਾਲੇ ਲੋਕ ਨੇ। ਬਿਲਕੁਲ ਠੀਕ ਮੇਰੇ ਸਾਥੀ ਨੇ ਜ਼ਿਕਰ ਕੀਤਾ, ਸਾਰਿਆਂ ਨਾਲੋਂ ਪਹਿਲੀ ਜਿਹੜੀ ਗਰੰਟੀ ਸੀ, ਵੇਖੋ 2 ਗਰੰਟੀਜ਼ ਨੇ, ਇੱਕ ਸਾਡੀ ਨੌਜਵਾਨ ਬੱਚੀਆਂ ਨੂੰ, ਸਾਡੀਆਂ ਭੈਣਾਂ ਨੂੰ, ਸਾਡੀਆਂ ਮਾਤਾਵਾਂ ਨੂੰ ਇਹਨਾਂ ਵਾਅਦਾ ਕੀਤਾ ਸੀ ਕਿ ਗਵਰਨਮੈਂਟ ਸ਼ੁਰੂ ਹੁੰਦੇ ਪਹਿਲੇ ਹਫ਼ਤੇ ਤੋਂ ਹੀ ਅਸੀਂ 1,000 ਰੁਪਈਆ ਤੁਹਾਨੂੰ ਸੋਸ਼ਲ ਸਿਕਿਉਰਿਟੀ ਦੇ ਰੂਪ ਵਿੱਚ ਦੇਵਾਂਗੇ। ਇੱਕ ਵੀ ਸ਼ਬਦ ਇਸ ਜਿਹੜਾ ਇਹ ਬਜਟ ਹੈ ਇਹਦੇ ਵਿੱਚ 1 ਸ਼ਬਦ ਹਰਪਾਲ ਸਿੰਘ ਚੀਮਾ ਨੇ ਉਸ ਸੈਕਸ਼ਨ ਪ੍ਰਤੀ, ਜਿਸ ਸੈਕਸ਼ਨ ਨੇ ਇਹਨਾਂ ਨੂੰ ਸਰਕਾਰ 'ਚ ਲੈ ਕੇ ਆਉਂਦਾ, ਸੱਤਾ 'ਚ ਲੈ ਕੇ ਆਉਂਦਾ, 1 ਸ਼ਬਦ। ਦੂਜੀ ਗਰੰਟੀ ਅਰਵਿੰਦ ਕੇਜਰੀਵਾਲ ਦੀ ਕਿ 20,000 ਕਰੋੜ ਰੁਪਈਆ ਅਸੀਂ ਤੁਹਾਨੂੰ ਮਾਈਨਿੰਗ 'ਚੋਂ ਦਾਂਗੇ, 1 ਸ਼ਬਦ ਮਾਈਨਿੰਗ ਦਾ। ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ, 135 ਕਰੋੜ ਰੁਪਈਆ ਪਹਿਲੇ ਸਾਲ 'ਚ ਆਇਆ, ਅਤੇ ਪੁਰਾਣੇ ਸਾਰੇ ਹੀ ਉਹੀ ਠੇਕੇਦਾਰ ਜਿਨ੍ਹਾਂ ਨੂੰ ਕਹਿੰਦੇ ਸੀ ਵੱਡੇ ਮਾਫੀਆ, ਜਿਨ੍ਹਾਂ ਦਾ ਜ਼ਿਕਰ ਕਰਦੇ ਸੀ, ਉਹਨਾਂ ਨੂੰ ਠੇਕੇ ਦੇ ਦਿੱਤੇ। ਨਾ ਕੋਈ ਕਿਸਾਨਾਂ ਵਾਸਤੇ ਦੇ ਵਿੱਚ, ਤੁਸੀਂ ਹੈਰਾਨ ਹੋਵੋਗੇ, ਜਿਹੜੀ ਓਲਡ ਏਜ ਪੈਨਸ਼ਨ ਹੈ, ਬੁਢਾਪਾ ਪੈਨਸ਼ਨ ਹੈ, ਵਿਧਵਾਵਾਂ ਦੀ ਪੈਨਸ਼ਨ ਹੈ, ਅੰਗਹੀਨ ਬੱਚਿਆਂ ਦੀ ਪੈਨਸ਼ਨ ਹੈ, ਆਸ਼ੀਰਵਾਦ ਸਕੀਮ ਹੈ ਗਰੀਬ ਬੱਚਿਆਂ ਦੀ, ਕਾਂਗਰਸ ਦੀ ਸਰਕਾਰ ਨੇ 21,000 ਤੋਂ 51,000 ਰੁਪਈਆ ਸ਼ਾਦੀਆਂ ਦਾ ਸ਼ਗਨ ਸਕੀਮ ਦੇ ਅਸੀਂ ਦਿੰਦੇ ਸੀ ਪਿਛਲੇ 1 ਸਾਲ ਦਾ, 1 ਰੁਪਈਆ ਨਾ ਇਸ ਬਜਟ 'ਚ ਕੁਝ ਬੋਲੇ ਨੇ, 1 ਰੁਪਇਆ ਨਹੀਂ ਦਿੱਤਾ। ਪੈਨਸ਼ਨ ਅਸੀਂ 500 ਤੋਂ 750 ਕੀਤੀ, 1200 ਕੀਤੀ। ਅੱਜ ਇਹਨਾਂ ਦੀ ਗਰੰਟੀ ਸੀ ਕਿ ਅਸੀਂ ਇਹ 1200 ਤੋਂ ਵਧਾ ਕੇ 2500 ਕਰਾਂਗੇ, 1 ਸ਼ਬਦ ਉਹਦੇ ਉੱਤੇ ਹਨ। ਸੋ ਇਹ ਟੋਟਲੀ ਪੈਡੈਸਟ੍ਰੀਅਨ ਬਜਟ ਹੈ, ਇਸ ਬਜਟ ਵਿੱਚ ਕੁਝ ਨਹੀਂ, ਲੋਕਾਂ ਦੀਆਂ ਆਸਾਂ ਉਮੀਦਾਂ ਬਿਲਕੁਲ ਚਕਨਾ ਚੂਰ ਕਰ ਦਿੱਤੀਆਂ ਨੇ। ਨਾ ਕਿਸੇ ਦੀ ਜ਼ਿੰਦਗੀ ਮਹਿਫੂਜ਼, ਨਾ ਕਿਸੇ ਦਾ ਕਾਰੋਬਾਰ ਮਹਿਫੂਜ਼ ਹੈ, ਨਾ ਇੰਡਸਟਰੀ ਮਹਿਫੂਜ਼ ਹੈ। ਇਹ ਇੱਥੇ ਸਬਮਿਟ ਕਰਦੇ ਨੇ ਅਤੇ ਇੰਡਸਟਰੀਅਲਿਸਟ ਵੱਡੇ ਜਿਹੜੇ ਨੇ ਉਹ ਯੂਪੀ ਵੱਲ
तो गुजरात वाल कूच करने की कोशिश करता। मैं एक बड़ा इंटरस्टिंग फैक्ट गल करके फिर सर सुखपाल सिंह खहरा गल करेंगे। अज तुसी वेखो किन्ने संजीदा ने आप वाले, इन्हां दे 92 एमएलएयां विचों हाउस दे विच कल्ले 48 एमएलए आजाद सी, 92 दे विचों 48 50% इन्हां दे 14-15 मिनिस्टरां चों चीफ मिनिस्टर दे अलावा कल्ले 8 मौजूद सर, अद्धे चीफ मिनिस्टर जिन्ना चिर भी हरपाल सिंह चीमा बोले ने को 10 मिनट बैठे हुण भी गैर आ सर। पीड़ियां पग्गां जिहड़ियां 92 सन, अज मैं गिनती वेख लियो तुसीं प्रेस वाले भरा फिरदे हो, सारे ने हौली हौली पग्गां दे रंग भी बदल ले। ते भगवंत सिंह मान दा उठ के जाना, मेरा ख्याल पता नहीं तुसीं क्लोजली स्टडी कीता कि नहीं, उहने 3 वार इशारा कीता कि जो बजट पढ़िया जा रहा ਉਹ ਜਿਹੜੇ ਡੈਸਕ ਨੇ ਉਹਨਾਂ ਨੂੰ ਥਪਥਪਾਓ ਜ਼ੋਰ ਦੇ ਨਾਲ। ਕੋਈ ਬੰਦਾ ਤੌੜੀ ਮਾਰ ਕੇ ਜਾਂ ਡੈਸਕ ਨੂੰ ਥਪਥਪਾਉਣ ਨੂੰ ਤਿਆਰ ਨਹੀਂ ਸੀ। ਇਸੇ ਗੱਲ ਕਾਰਨ ਇਸ ਗੁੱਸੇ ਵਿੱਚ ਇਸ ਮਯੂਸੀ ਦੇ ਵਿੱਚ ਭਗਵੰਤ ਮਾਨ ਉੱਠ ਕੇ ਆਪਣੇ ਦਫ਼ਤਰ ਚਲਾ ਗਏ। ਆਹ ਸਮਾਲ ਇੱਕ ਛੋਟੀ ਜੀ ਜਿਹੜੀ ਮੈਂ ਐਜ਼ ਏ ਇਨਸਾਈਡਰ ਸਟੱਡੀ ਕਰ ਰਿਹਾ ਸੀ ਕਿ ਨਾ ਇਹਨਾਂ ਦਾ MLA ਕੋਈ ਇੰਟਰਸਟਡ ਹੈ, ਨਾ ਇਹਨਾਂ ਦਾ ਮੰਤਰੀ ਕੋਈ ਇੰਟਰਸਟਡ ਹੈ, CM ਦਾ ਇੰਟਰਸਟ ਕੋਈ ਨਹੀਂ, ਰੰਗ ਇਹਨਾਂ ਨੇ ਸਾਰਿਆਂ ਨੇ ਦਸਤਾਰਾਂ ਦੇ ਬਦਲ ਰਹੇ ਨੇ। ਆਸ ਉਮੀਦ, ਜੇ ਇਹਨਾਂ ਨੂੰ ਕੋਈ ਆਸ ਉਮੀਦ ਇਹਨਾਂ ਦੇ MLA ਅਤੇ ਮਿਨਿਸਟਰਾਂ ਨੂੰ ਹੈ ਨਹੀਂ, ਤਾਂ ਆਮ ਸਧਾਰਨ ਪੰਜਾਬੀਆਂ ਨੂੰ ਕੀ ਹੋਏਗੀ। ਸੋ ਇਸ ਤੋਂ ਬਾਅਦ ਮੈਂ ਸਰ ਸੁਖਪਾਲ ਸਿੰਘ ਖਹਿਰਾ ਜੇ ਆਪਣੀ ਕੋਈ ਗੱਲ ਕਰਨੀ ਚਾਹਣਗੇ ਉਹਨਾਂ ਨੂੰ ਵੈਲਕਮ ਕਰਾਂ। A South Asian Canadian Channel.